बिस्मिल्लाहिर्रहमानिर्रहीम, अस्सलाम वालेकुम माय यूट्यूब फैमिली, कैसे हैं आप सब? उम्मीद करती हूँ कारिया से होंगे। अल्हम्दुलिल्लाह जी, मैं भी कारिया हूँ। आप लोग जहाँ भी रहें खुश रहें, आबाद रहें, हंसते मुस्कुराते रहें। जो मेरे बहन भाई देश प्रदेश से देख रहे हैं, अल्लाह पाक उन्हें उसकी तंदुरुस्ती अता फरमाए, जो परेशान है अल्लाह पाक उन्हें परेशानियाँ दूर फरमाए, आमीन सुबह आमीन। इसी ने एक दुआ के साथ आज का व्लॉग करते शुरू। ताज माशाल्लाह साड़ी जी सुबह हो गई, सुबह दे रखी भैन भाई ने शेयर करने आती आती हैप्पी फैमिली दी जी ना हैप्पी हैप्पी सुबह शुरू हो गई है माशाल्लाह। तो बच्चे जोड़े ने भी उठकर मुँह दे लिया है कि भाई जी अगर पढ़ने वास्ते ते बच्चे हूँ बनाने जी नाश्ता नुश्ता पहले बिस्तर चुक लीए ते बिस्तरे बिस्तरे चुक ली, बर्तन बगैरा बचा के रखे हुए हैं ते मुड़ बनाने जी नाश्ता ते पहले हम बिस्तरे चुक लीए ते बाकी माशाल्लाह जी बड़ी प्यारी सुबह है, ठंडी ठंडी मौसम है ते बड़ा प्यारा लग रहा है अज थोड़ी तक ਸਾਡੀ ਜਿਹੜੇ ਨਾ ਮਾਸ਼ਾਅੱਲਾ ਜੀ ਰੇਹੜੀ ਵਾਲਾ ਜਿਹੜਾ ਨਾ ਕੰਮ ਤਕਰੀਬਨ 80% ਕੰਪਲੀਟ ਹੋ ਚੁੱਕਿਆ ਜੀ, ਕਿਉਂਕਿ ਇਹਨੂੰ ਉਦੋਂ ਰੰਗ ਸ਼ੰਗ ਕੀਤਾ ਸੀ ਅਤੇ ਇਹਦਾ ਟੇਬਲ ਵੀ ਲਿਆ ਕੇ ਰੱਖ ਲਿਆ ਜੀ ਨਵਾਂ ਬਣਵਾ ਕੇ, ਅਤੇ ਇਹਨੂੰ ਵੀ ਮੈਂ ਰਾਤੀ ਰੰਗ ਕੀਤਾ ਸੀ ਅਤੇ ਰੰਗ ਜਿਹੜਾ ਨਾ ਥੁੜ ਗਿਆ ਅਤੇ ਹੋਰ ਲਿਆ ਕੇ ਅੱਜ ਇੱਕ ਡੱਬੀ, ਅਤੇ ਇਹਦੇ ਜਿਹੜਾ ਨਾ ਉਪਲੀ ਸਾਈਡ ਉਹ ਥੱਲੇ ਵਾਲੀ ਸਾਈਡ ਰਹਿ ਗਈ, ਬਾਕੀ ਤਕਰੀਬਨ ਇੱਕ ਇੱਕ ਕੋਟ ਸਾਰਾ ਫੇਰ ਦਿੱਤਾ ਅਤੇ ਫਿਰ ਡਬਲ ਵੀ ਕਰਦੇ ਹਨ ਇੱਕ ਡੱਬੇ ਨਵੀਂ ਲੱਕੜ ਅਤੇ ਰੰਗ ਜ਼ਿਆਦਾ ਪੀਂਦੀ ਹੈਗੀ ਇਸ ਕਰਕੇ ਰੰਗ ਥੋੜ ਗਿਆ ਸੀ। ਅਤੇ ਜਿਹੜੀ ਫਲੈਕਸ ਹੁੰਦੀ ਨਾ ਇਸ ਤਰ੍ਹਾਂ ਰੇਹੜੀ ਦੇ ਤਿੰਨਾਂ ਸਾਈਡਾਂ 'ਤੇ ਲੱਗਣ ਵਾਲੀ ਉੱਪਰ ਜਿਹੜੇ ਬਣੇ ਹੁੰਦੇ ਹੁੰਦੇ ਨੇ ਗੋਲ ਗੱਪੇ ਵਗੈਰਾ ਪਲੇਟਾਂ ਵਗੈਰਾ, ਹਾਂਜੀ ਸੈਮ ਵਾਲੇ ਦੀ ਉੱਪਰ ਤਸਵੀਰ ਵੀ ਅਸੀਂ ਲਵਾਈ ਹੈਗੀ, ਕਿਉਂਕਿ ਸੈਮ ਵਾਲੇ ਦਾ ਕਾਰੋਬਾਰ ਹੈ, ਸੈਮ ਵਾਲੇ ਦੀ ਤਸਵੀਰ ਉੱਪਰ ਲਵਾਉਣੀ ਸੀ ਇਸ ਕਰਕੇ। ਅੱਲਾ ਬਾਗ ਮੇਰੇ ਬੇਟੇ ਦੇ ਕਾਰੋਬਾਰ 'ਚ ਬਰਕਤ ਪਾਵੇ ਅਤੇ ਸਾਰੇ ਭੈਣ ਭਰਾ ਮੇਰੇ ਵਾਸਤੇ ਦੁਆ ਕੀਤਾ ਕਰੋ, ਮੇਰੇ ਬੱਚੇ ਵਾਸਤੇ, ਅਸੀਂ ਤੁਹਾਡੇ ਲਈ ਦੁਆ ਕਰਨਾ, ਤੁਸੀਂ ਸਾਡੇ ਲਈ ਦੁਆ ਕੀਤਾ ਕਰੋ। ਦੁਆ ਵਿੱਚ ਜਿਹੜੀ ਅੱਲਾ ਬਾਗ ਬਰਕਤ ਪਾਉਂਦਾ ਅਤੇ ਅੱਲਾ ਬਾਗ ਸਭ ਭੈਣ ਭਾਈਆਂ ਦੀ ਦੁਆ ਸੁਣਦਾ ਜ਼ਰੂਰ ਹੈ, ਅਤੇ ਸੱਚੇ ਦਿਲ ਨਾਲ ਸਾਡੇ ਵਾਸਤੇ ਦੁਆ ਕੀਤਾ ਕਰੋ ਅਤੇ ਅਸੀਂ ਤੁਹਾਡੇ ਵਾਸਤੇ ਦੁਆ ਕਰਨੇ ਹਾਂ ਅਤੇ ਮੇਰੇ ਬੇਟੇ ਵਾਸਤੇ ਵੀ ਦੁਆ ਕੀਤਾ ਕਰੋ ਵੀ ਇਹਦਾ ਕਾਰੋਬਾਰ ਅੱਲਾ ਚਲਾਵੇ, ਇਕੱਲਾ ਨਹੀਂ ਸਿਰਫ ਤੰਦਰੁਸਤੀ ਦੇਵੇ, ਸਮਾਰਟ ਜਾਏਗਾ ਬਹੁਤ ਅੱਲਾ ਬਾਗ ਉਹਨਾਂ ਨਾਲ ਸਿਹਤ ਵਾਲੇ ਬਸ ਕੰਮ ਤਾਂ ਹੁੰਦੇ ਰਹਿੰਦੇ ਨੇ ਅਤੇ ਜ਼ਿੰਦਗੀ ਅੱਲਾ ਬਾਗ ਸਿਹਤ ਤੰਦਰੁਸਤੀ ਨਾਲ ਗੁਜ਼ਰ ਜਾਵੇ ਨਾ ਅਤੇ ਉਹ ਗੱਲ ਜਿਹੜੀ ਨਾ ਵੱਖਰੀ ਹੁੰਦੀ ਸਹੀ। ਇਹ ਕੰਮ ਚਲਾਉਣ ਨਾਲ ਮੇਰੀ ਮਸਰੂਫੀ ਆਪ ਜਿਹੜੀ ਨਾ ਬਹੁਤ ਜ਼ਿਆਦਾ ਹੋ ਜਾਣੀ, ਕਿਉਂਕਿ ਕੰਮ 'ਤੇ ਵੀ ਜਾਣਾ ਫਿਰ ਇਹਨੂੰ ਜਿਹੜਾ ਨਾ ਸੌਦਾ ਸੁਦਾ ਲਿਆ ਕੇ ਦੇਣਾ ਪਿਆ ਕਰੇਗਾ, ਤਿਆਰੀ ਕਰਾਉਣੀ ਪਿਆ ਕਰੇਗੀ, ਰੇਹੜੀ ਲਵਾਇਆ ਕਰਨੀ ਅਤੇ ਸ਼ਾਮ ਨੂੰ ਕੰਮ ਤੋਂ ਆ ਕੇ ਫਿਰ ਮੈਨੂੰ ਵੀ ਰੇਹੜੀ 'ਤੇ ਖਵਾਉਣਾ ਪਿਆ ਕਰੇਗਾ, ਅਤੇ ਅਸੀਂ ਵੀਡੀਓ ਵੀ ਬਣਾਉਣੀ ਹੁੰਦੀ ਹੈ, ਇੱਧਰ ਵੀ ਫਿਰ ਡਿਲਣ ਟਾਈਮ ਸਾਡਾ ਕਾਫੀ ਲੱਗਦਾ ਹੈਗਾ ਵੀਡੀਓ ਬਣਾਉਣ ਦੇ, ਵੀਡੀਓ ਬਣਾਉਣਾ ਕੋਈ ਆਸਾਨ ਕੰਮ ਨਹੀਂ ਹੈਗਾ, ਵੇਖਣ ਵਾਲੇ ਤੁਸੀਂ ਸਮਝਦੇ ਬੇਸਾਨ ਹੈਗਾ
ਇਹਦੇ 'ਤੇ ਵੀ ਬੜਾ ਟਾਈਮ ਚਾਹੀਦਾ, ਐਡੀਟਿੰਗ ਕਰਨ 'ਤੇ ਵੀ ਟਾਈਮ ਚਾਹੀਦਾ, ਅਪਲੋਡ ਕਰਨ 'ਤੇ ਵੀ, ਫਿਰ ਇਹਦੇ ਜਿਹੜੇ SEO ਜਾਂ ਥੰਬਨੇਲ ਵਗੈਰਾ ਬਣਾਉਣਾ ਉਹਦੇ 'ਤੇ ਵੀ, ਅਤੇ ਬਾਕੀ ਕੰਮ 'ਤੇ ਵੀ ਜਾਣਾ ਹੁੰਦਾ ਦਿਹਾੜੀ ਦਿਹੁੜੀ 'ਤੇ, ਇਸ ਕਰਕੇ ਨਾ ਮੁਸਕੋਫੀਆਤ ਬਹੁਤ ਜ਼ਿਆਦਾ ਹੋ ਜਾਣੀ। ਚਲੋ ਕੋਈ ਨਹੀਂ, ਅੱਲਾਹ ਤਾਲਾ ਇਨਸ਼ਾ ਅੱਲਾਹ ਸਾਨੂੰ ਕਾਮਯਾਬ ਕਰੇਗਾ। ਸਾਡੀ ਅੱਲਾ ਛੜੀ ਜਿਹੜੇ ਦਿੰਦੇ ਨੇ ਭੈਣ ਭਰਾ ਹਿੰਮਤ ਦਿੰਦੇ ਨੇ, ਉਹਨਾਂ ਨਾਲ ਜਿਹੜਾ ਲਾਜ਼ਮੀ ਆਪਾਂ ਅੱਗੇ ਜਾਵਾਂਗੇ ਸਾਰੇ ਭੈਣ ਭਰਾ ਸਾਨੂੰ। ਨਹੀਂ ਨਹੀਂ ਮਾਸ਼ਾਅੱਲਾ ਸਾਥ ਬਹੁਤ ਦੇ ਰਹੇ ਨੇ ਸਾਡੇ, ਅਸੀਂ ਬਹੁਤ ਖੁਸ਼ ਹਾਂ ਦੇ ਭੈਣ ਭਾਈਆਂ ਦੀ। ਹਾਂਜੀ ਬਹੁਤ ਸਾਥ ਦੇ ਰਹੇ ਨੇ ਮਾਸ਼ਾਅੱਲਾ ਸਾਡੇ ਭੈਣ ਭਾਈ, ਸਾਡੀ ਫੈਮਿਲੀ ਜਿਹੜੀ ਨੇ, ਅਸੀਂ ਬਹੁਤ ਹੀ ਖੁਸ਼ ਹਾਂ ਦੇ। ਅੱਲਾ ਤਾਲਾ ਉਹਨਾਂ ਨੂੰ ਜਿਹੜਾ ਨਾ ਖੁਸ਼ ਰੱਖੇ ਬਸ। ਜਿਹੜੇ ਭੈਣ ਭਰਾ ਜ਼ਿਆਦਾ ਵੇਖਣਾ ਚਾਹੁੰਦੇ ਨੇ ਨਾ ਸੱਜੇ ਸੁਬਰੀ ਭੈਣ ਭਰਾਵਾਂ ਨੂੰ, ਮੈਂ ਜਿਹੜਾ ਨਾ ਸਿੰਪਲ ਸਾਦੇ ਤਰੀਕੇ 'ਚ ਰਹਿ ਕੇ ਬਣਾਉਣੀ ਮੈਨੂੰ ਬਹੁਤ ਸ਼ੌਕ ਨਹੀਂ ਹੈ, ਜਿਹੜਾ ਬਹੁਤਾ ਸਾਦੇ ਸਬਰ ਕੇ ਬਾਹਾਂ। ਹਾਂਜੀ ਮੇਕਅਪ ਵਗੈਰਾ ਬੇਗਮ ਸਾਹਿਬਾ ਨਹੀਂ ਕਰਦੇ ਹੈਗੇ, ਬਿਲਕੁਲ ਸਾਦਗੀ ਸਾਦਗੀ ਪਸੰਦ ਹੈ, ਅਤੇ ਸਾਦਗੀ 'ਚ ਵੀਡੀਓ ਬਣਾਉਣੀ ਹੈ ਕਿ ਕੋਈ ਭੈਣ ਭਰਾ ਐਸੇ ਹੁੰਦੇ ਨੇ ਜਿਹੜੇ ਛੱਡ ਕੇ ਚਲੇ ਜਾਂਦੇ ਨੇ ਸਿਰਫ ਸਾਦਗੀ ਦੀ ਵਜ੍ਹਾ ਤੋਂ, ਅਤੇ ਉਹਨਾਂ ਅੱਗੇ ਇਹੀ ਗੱਲ ਹੈ ਵੀ ਜਿਹੜਾ ਸਾਦਗੀ ਜਿਹੜਾ ਅੱਲਾ ਪਾਕ ਦੀ ਦੇਣ ਨੇ, ਅਤੇ ਜਿਹੜੀ ਉੱਪਰਲਾ ਮੇਕਅਪ ਕਰਕੇ ਬਹਿਣਾ ਉਹਦਾ ਘਰ ਜ਼ਿਆਦਾ ਸੋਹਣਾ ਬਣ ਕੇ ਬਹਿਣਾ ਉਹ ਨਹੀਂ ਮੈਨੂੰ ਅੱਛਾ ਲੱਗਦਾ, ਅਤੇ ਜਿਹੜੀ ਅੱਲਾ ਪਾਕ ਨੇ ਮੈਨੂੰ ਦਿੱਤਾ ਰੂਪ ਰੰਗ ਜੋ ਵੀ ਉਹ ਤੁਹਾਡੇ ਸਾਹਮਣੇ, ਅਤੇ ਮੈਂ ਬਸ ਉਸੇ ਹਾਂਜੀ ਬਿਲਕੁਲ ਆਪਣੇ ਰੂਪ ਦੇ ਵਿੱਚ ਹੀ ਜ਼ਾਹਰ ਕਰਨਾ ਚਾਹੀਦਾ ਬੰਦੇ ਨੂੰ, ਤਾਂ ਸਾਹਮਣੇ ਆਉਣਾ ਚਾਹੀਦਾ। ਹਾਂਜੀ ਅੰਦਰ ਦੇਖੋ, ਤੁਸੀਂ ਨਾਸ਼ਤਾ ਜਲਦੀ ਜਲਦੀ ਬਣਾਓ, ਬੱਚੇ ਨੇ ਸਕੂਲ ਜਾਣਾ ਹੈਗਾ, ਫੈਮਿਲੀ ਵਿੱਚ ਵਰਦੀ ਵਗੈਰਾ ਬਦਲ ਲੈਣੀ ਸੀ। ਇਸਤਰੀ ਕਰਨ ਵਾਲੀ? ਚਲੋ ਇਸਤਰੀ ਕਰ ਲੈਂਦੇ ਹਾਂ, ਤੇਰੀ ਮੰਮਾ ਨਾਸ਼ਤਾ ਬਣਾਉਂਦੀ ਫਿਰ। ਬੇਗਮ ਸਾਹਿਬਾ ਨੇ ਬਿਸਤਰੇ ਚੁੱਕ ਲਿਆ ਨੇ, ਅਤੇ ਹੁਣ ਜਿਹੜਾ ਨਾ ਬਰਾਮਦੇ ਵਿੱਚ ਝਾੜੂ ਲਗਾ ਕੇ, ਅਤੇ ਇਹ ਜਿਹੜੀਆਂ ਚਾਰ ਪਾਈਆਂ ਸਾਰੀਆਂ ਜਿਹੜੀਆਂ ਨਾ ਉੱਥੇ ਖੜੀਆਂ ਕਰ ਦੇਣੀਆਂ। ਇਹ ਤਕਰੀਬਨ ਜਿਹੜਾ ਨਾ ਪੁਰਾਣਾ ਜਿਹਾ ਅਤੇ ਹੈ ਕਿਚਨ ਗੁਜ਼ਾਰਾ ਜਿਹਾ, ਇਹਦੇ ਵਿੱਚ ਅਸੀਂ ਸਰਦੀਆਂ ਵਿੱਚ ਖਾਣਾ ਛਾਣਾ ਵੀ ਬਣਾਈਦਾ, ਇਹ ਕਿਚਨ ਹੈ ਸਾਡਾ ਗੁਜ਼ਾਰੇ ਮੁਤਾਬਕ, ਅਤੇ ਕਮਰਾ ਸਾਡਾ ਹੋਰ ਨਹੀਂ ਹੈ, ਇੱਕ ਹੀ ਕਮਰਾ ਹੈਗਾ ਟੈਬਲ, ਅਤੇ ਹੋਰ ਇਨਸ਼ਾ ਅੱਲਾ ਤੁਹਾਡੀਆਂ ਦੁਆਵਾਂ ਨਾਲ ਤੁਹਾਡੀ ਸਪੋਰਟ ਨਾਲ ਇਸ ਜਗ੍ਹਾ 'ਤੇ ਅਸੀਂ ਕਮਰਾ ਇੱਕ ਨਾਲ ਬਣਾਵਾਂਗੇ, ਕਮਰੇ ਦੇ ਨਾਲ ਕਮਰਾ, ਅੱਗੇ ਕਿਚਨ ਬਣਾਵਾਂਗੇ, ਉਸ ਤੋਂ ਅੱਗੇ ਬਣਾਵਾਂਗੇ ਬੈਠਕ, ਵਾਸ਼ਰੂਮ ਆਲਰੇਡੀ ਬਣਿਆ ਹੋਇਆ, ਬੇਗਮ ਸਾਹਿਬ ਚਾਰ ਪਈਆਂ ਰੱਖ ਲੈਣ ਨੇ ਕਿਚਨ 'ਚ। ਉਸ ਤਰ੍ਹਾਂ ਲੰਬੀਆਂ ਤਾਂ ਪੂਰੀਆਂ ਨਹੀਂ ਆਉਣੀਆਂ, ਲੰਬੇ ਰੋਕੇ ਰੱਖੀਏ ਨਾ, ਪੂਰਾ ਨਹੀਂ ਆਉਣਾ ਸਮਾਨ ਉੱਥੇ। ਜ਼ੈਨਾ ਲਈ ਨੇ ਤਾਂ ਵਰਦੀ ਆਲਰੇਡੀ ਪਹਿਲੀ ਬਦਲੀ ਹੋਈ, ਕੱਲ੍ਹ ਦੀ ਸਕੂਲੋਂ ਆਇਆ ਤਾਂ ਬਦਲੀ ਨਹੀਂ ਵਰਦੀ, ਕਿਆ ਬੇ ਬੇਟਾ ਵਰਦੀ ਚੇਂਜ ਕੀਤਾ ਕਰੋ ਆ ਕੇ ਨਾ,
ਵਰਦੀ ਚੇਂਜ ਕਰਕੇ ਖਾਣਾ ਛਾਣਾ ਖਾ ਕੇ ਫਿਰ ਹੋਮਵਰਕ ਕੀਤਾ ਸਕੂਲ ਦਾ, ਅਤੇ ਉਸ ਤੋਂ ਬਾਅਦ ਥੋੜ੍ਹਾ ਬਹੁਤਾ ਖੇਡਣਾ ਹੋਇਆ ਤਾਂ ਖੇਡ ਲਿਆ, ਆਰਾਮ ਸਕੂਲ ਨਾਲ ਘਰ ਬੈਠੇ ਪੜ੍ਹਿਆ ਲਿਖਿਆ। ਠੀਕ ਹੈ, ਚਲੋ ਜੀ। ਬੇਗਮ ਸਾਹਿਬ ਦਾ ਨਾਸ਼ਤਾ ਬਣਾਉਂਦੇ ਨੇ, ਚਾਰ ਰੁਪਈਆ ਉੱਥੇ ਰੱਖ ਕੇ ਫਿਰ ਬਣਾਉਂਦੇ ਨੇ ਨਾਸ਼ਤਾ। ਜੀ ਮੈਂ ਆਟਾ ਗੁੰਨ ਕੇ ਰੱਖ ਲਿਆ, ਹੁਣ ਆਪਾਂ ਬਣਾਉਣੇ ਚਾਹ। ਅੱਗ ਉਬਾਲਣੇ ਸੈਮ ਜ਼ੈਨ ਨੇ ਵਰਦੀਆਂ ਚੇਂਜ ਕਰ ਲਈਆਂ ਨੇ। ਅੱਛਾ, ਜ਼ੈਨ ਦੀ ਵਰਦੀ ਚੇਂਜ ਕੀਤੀ ਹੋਈ ਪਹਿਲੇ ਹੀ, ਉਹਨੇ ਵਰਦੀ ਚੇਂਜ ਕੀਤੀ ਹੀ ਨਹੀਂ ਕੱਲ। ਇੱਕ ਸਾਈਡ ਤੇ ਤੌਰ ਰੱਖ ਦਿੰਦੇ ਆ, ਇੱਕ ਸਾਈਡ ਤੇ ਜਿਹੜਾ ਨਾ ਚਾਹ ਰੱਖ ਲੈਂਦੇ ਆ, ਦੋਵੇਂ ਚੀਜ਼ਾਂ ਇਕੱਠੀਆਂ ਬਣਾਉਣੇ। ਬੱਚਿਆਂ ਨੂੰ ਲੇਟ ਹੁੰਦੀ ਸੀ, ਨਾਸ਼ਤਾ ਕਰਕੇ ਉਹਨਾਂ ਜਾਣਾ। ਬੀਬਾ ਮਾਸ਼ਾਅੱਲਾ ਦਰਸ ਪੜ੍ਹ ਕੇ ਆ ਗਈ ਹੈ, ਤੇ ਬੇੜਾ ਵਰਦੀ ਤੇ ਚੇਂਜ ਕਰ ਲਓ। ਨਾਸ਼ਤਾ ਕਰਕੇ ਕਦੇ, ਚਲੋ ਠੀਕ, ਨਾਸ਼ਤਾ ਕਰਕੇ ਫਿਰ ਵਰਦੀ ਚੇਂਜ ਕਰ ਲਓ। ਚਲੋ ਜੀ, ਬੇਗਮ ਸਾਹਿਬ ਬਣਾਉਣ ਲੱਗੇ ਨੇ ਚਾਹ। ਰਾਤ ਨੂੰ ਖਾਣਾ ਨਹੀਂ ਬਣਾਇਆ ਸੀ, ਸਾਡੇ ਕੋਲ ਚਾਵਲ ਸਨ, ਚਾਵਲ ਅੱਲਾ ਦੀ ਤਰਫੋਂ ਆਏ ਸਨ ਸਾਨੂੰ, ਸਾਡੇ ਮਸਾਨ ਨਾ ਦੇਖ ਕਰਕੇ ਵੰਡੀ ਸੀ, ਅਤੇ ਉਹਨਾਂ ਨੇ ਕਾਫੀ ਸਾਨੂੰ ਚਾਵਲ ਦੇ ਦਿੱਤੇ ਮਾਸ਼ਾਅੱਲਾ। ਉਸੇ ਰਾਤ ਨੂੰ ਵੀ ਖਾਧੇ ਸੀ, ਅਤੇ ਫਿਰ ਵੀ ਬਚ ਗਿਆ, ਕੋਈ ਉਹ ਨਾਸ਼ਤਾ ਕਰ ਲੈਣਗੇ ਅਤੇ ਕੋਈ ਹੁਣ ਰੋਟੀ ਵਗੈਰਾ ਬਣਾਉਣੇ, ਅਤੇ ਇਸ ਤਰ੍ਹਾਂ ਰਲ ਮਿਲ ਕੇ ਹੋ ਜਾਏਗਾ ਨਾਸ਼ਤਾ ਸਾਰਿਆਂ ਦਾ। ਜੀ ਦੁੱਧ ਵੀ ਪਾ ਦਿੱਤਾ ਗਿਆ ਸਾਹਿਬਾਂ ਨੇ, ਹਾਂ ਦੁੱਧ ਠੰਡਾ ਹੈ ਨਾ, ਫਰਿੱਜ ਵਾਲਾ ਮੈਂ ਕਿਹਾ ਨਾਲ ਹੀ ਪਾ ਦਿੰਦੇ, ਉੱਬਲ ਜਾਏਗਾ, ਨਾਲ ਨਾਲ ਗਰਮ ਹੁੰਦਾ ਰਹੇਗਾ ਠੰਡਾ, ਫਿਰ ਤੂੰ ਪਾਇਆ ਫਿਰ ਜਲਦੀ ਉੱਕਣੀ ਨਹੀਂ। ਸਾਰੀਆਂ ਚੀਜ਼ਾਂ ਵਿੱਚ ਪਾਤੀਆਂ ਨੇ ਬਣੇ ਰੱਖ, ਤਵੇ ਤੇ ਲੱਗ ਗਿਆ ਘਿਓ, ਪਹਿਲੀ ਰੋਟੀ ਮਾਸ਼ਾਅੱਲਾ। ਬੇਗਮ ਸਾਹਿਬਾ ਪਾਣ ਲੱਗੇ ਨੇ ਤਵੇ ਤੇ, ਥੋੜੀ ਦੇਰ ਨਾਲ ਜਾਣਾ ਹੁੰਦਾ, ਤੂੰ ਸੋਚਿਆ ਜਾਣਾ ਹੁੰਦਾ, ਤੂੰ ਜਲਦੀ ਜਾਂਦਾ ਰਹਿੰਦਾ। ਸਾਈਮ ਵਾਲੇ ਦੀ ਸਾਈਕਲ ਹੀ ਸਹੀ ਕਰਾਈ ਸੀ ਤੇ ਹੁਣ ਫਿਰ ਖਰਾਬ ਹੋਈ ਪਈ, ਤੇ ਹੁਣ ਫਿਰ ਵਿਚਾਰੇ ਨੂੰ ਜਿਹੜਾ ਪੈਦਲ ਜਾਣਾ ਪੈਂਦਾ, ਤੇ ਪੈਦਲ ਹੀ ਆਉਣਾ ਪੈਂਦਾ।
ਕੀ ਕਰੀਏ, ਅੱਲਾਹ ਤਾਲਾ ਮਦਦ ਕਰੇਗਾ ਇਨਸ਼ਾਅੱਲਾ। ਛੁੱਟੀਆਂ ਕਦੋਂ ਹੋਣੀਆਂ, ਕਿੰਨੇ ਦਿਨ ਰਹਿ ਗਏ ਛੁੱਟੀਆਂ ਹੋਣ? ਅੱਠ ਤਰੀਕ ਨੂੰ ਹੋਣੀਆਂ। ਚਲੋ ਜੀ ਹੁਣ ਅਸੀਂ ਨਾਸ਼ਤਾ ਕਰ ਲਈਏ, ਬਾਕੀ ਫਿਰ ਛੇਦ ਕਰਨੇ ਨੇ। ਚਾਹ ਸਾਡੀ ਤਿਆਰ ਹੋ ਗਈ ਮਾਸ਼ਾਅੱਲਾ। ਬੀਬਾ ਕੋਲ ਬੈਠੀ ਸੰਭਾਲ ਨੀ ਸਕਦੀ ਚਾਹ ਨੂੰ? ਮਾਸ਼ਾਅੱਲਾ ਬੱਚਿਆਂ ਨੇ ਨਾਸ਼ਤਾ ਕਰ ਲਿਆ, ਵਾਸਤੇ ਤਿਆਰ ਹੋ ਕੇ ਬਹਿ ਗਏ ਤੇ ਮੈਂ ਅੱਜ ਨਾਸ਼ਤਾ ਕਰ ਰਹੀ ਹਾਂ ਤੇ ਜਿਹੜੇ ਮੇਰੇ ਭੈਣਾਂ ਭਾਈਆਂ ਨਾਸ਼ਤਾ ਕਰਨਾ ਉਹ ਅੱਜ ਸਾਡੇ ਨਾਲ ਕਰ ਲਓ ਨਾਸ਼ਤਾ ਤੇ ਸਾਰੇ ਘਰ ਬੈਠ ਕੇ ਆਪ ਕਰ ਲਈ ਹੋ ਗਿਆ ਜਾਣ ਦੀ ਤਿਆਰੀ ਕਰ ਰਹੇ ਨੇ। ਚੱਲਿਆ ਜੇ ਬੇਟਾ? ਹਾਂਜੀ ਚੱਲਿਆ ਹੀ ਆ, ਸਕੂਲ ਦਾ ਟਾਈਮ ਹੋ ਗਿਆ। ਚਲੋ ਮਮਾ ਜੀ ਅਸਲਾਮ ਅਲੈਕੁਮ। ਮਮਾ ਜੀ ਅਸਲਾਮ ਅਲੈਕੁਮ। ਖੈਰ ਸਲਾਮ ਤੇ ਅੱਲਾ ਪਾਕ ਲੈ ਲੈ ਤੇ ਮੂੰਹ ਦੇ ਅੱਡਾ ਕਰ ਬੇਟਾ। ਜੀ ਬੱਚੇ ਚਲੇ ਗਏ ਨੇ ਹੁਣ ਸਕੂਲ, ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਅੱਜ ਨਾਸ਼ਤਾ ਕਰੀ, ਬਾਕੀ ਸਾਰਿਆਂ ਨੂੰ ਕਰ ਲਿਆ ਤੇ ਬਾਕੀ ਜਿਹੜਾ ਬਰਤਨ ਵਗੈਰਾ ਉਹ ਬਾਅਦ 'ਚ ਮੈਂ ਧੋਂਦੀ ਰਹਾਂਗੀ। ਤੇ ਅਸੀਂ ਜਿਹੜਾ ਨਾ ਸੁਬਾਹ ਦੀ ਰੂਟੀਨ ਭੈਣ ਭਾਈ ਨੇ ਸ਼ੇਅਰ ਕੀਤੀ ਸਾਡੀ, ਅੱਜ ਦੀ ਰੂਟੀਨ ਇਹ ਸੀ ਜਿਹੜੀ ਸ਼ੇਅਰ ਕੀਤੀ ਹੈ। ਸਾਡੀ ਵੀਡੀਓ ਅੱਛੀ ਲੱਗੀ ਤਾਂ ਸਾਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਪਿਆਰ ਕਮੈਂਟ ਕਰੋ। ਅੱਲਾ ਹਾਫਿਜ਼। ਅੱਲਾ ਹਾਫਿਜ਼ ਜੀ।